ਦਰਦੇ कैरेक्टर बारे जी सारे जानਦੇ ਆ ਕਿ ਉਹ ਬੜੇ ਬੇਦਾਗ ਨੇ ਖੁੱਲ ਕੇ ਬੋਲਦੇ ਆ ਆਪੋਜੀਸ਼ਨ ਅਗੇਂਸਟ ਸੀਗੇ ਹੀ ਨੇ ਬਦਲਦਾ ਉਹਨਾਂ ਨੂੰ ਬਿਲਕੁਲ ਬਦਲਦਾ ਹੈ ਹਰ ਇੱਕ ਇਨਸਾਨ ਨੂੰ ਇਹ ਟਾਈਮ ਤੁਸੀਂ ਫੈਮਿਲੀ ਨਾਲ ਨਹੀਂ ਮਿਲ ਸਕਦੇ ਕਿੰਨੇ ਅੱਛੇ ਤੁਸੀਂ ਜੇ ਰਹਿ ਵੀ ਰਹੇ ਹੋ ਯੂ ਲਿਵਿੰਗ ਇਨ ਅ ਬੇਸਿਕ ਇਟ ਡਸ ਜੀ ਚੇਂਜ ਬਿਲਕੁਲ ਤਾਂਕਰ ਲिटल ਯੂਲ ਬੀ ਪ੍ਰਿਪੇਅਰਡ ਯੂਲ ਹੈਵ ਦਿੱਸ ਸੱਤਾ ਵਿੱਚ आनंद ਬਹੁਤ ਹੈ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਉੱਥੇ ਬਹੁਤ ਸਾਰੀਆਂ ਚੀਜ਼ਾਂ ਗਵਾਉਣੀਆਂ ਵੀ ਪੈਂਦੀਆਂ ਜਿਵੇਂ ਜੇਲ੍ਹ ਵੀ ਜਾਣਾ ਪੈ ਸਕਦਾ ਥੋੜਾ ਤਾਂ ਚੱਲਦਾ ਹੀ ਹੈ ਜਿੱਥੇ ਫੇਮ ਵੀ ਹੈ ਫਿਰ ਜੀ ਲੋਕ ਤੁਹਾਡੇ ਤੇ ਕੁਝ ਕਹਿ ਵੀ ਸਕਦੇ ਆ ਬੋਲ ਵੀ ਸਕਦੇ ਆ ਇਹ ਵੀ ਤੁਹਾਨੂੰ ਥਿਕ ਸਕਿਨ ਤਾਂ ਡਿਵੈਲਪ ਕਰਨੀ ਪੈਂਦੀ ਯੂ ਟਰਨ ਕਿੰਨਾ ਕਿੰਨਾ ਇੰਪੋਰਟੈਂਟ ਹੁੰਦਾ ਪੋਲਿਟਿਕਸ ਹੁੰਦਾ ਹੈ ਜੀ ਮੈਂ ਤਾਂ ਸਾਰਿਆਂ ਦੇ ਹੀ ਦੇਖੇ ਯੂ ਟਰਨਸ ਇਹ ਤਾਂ ਕੋਈ ਇਨਸਾਨ ਨਹੀਂ ਜੀ ਨੇ ਇੱਕ ਚੀਜ਼ ਕੀਤੀ ਤੇ ਕਦੇ ਨਹੀਂ ਮੇਬੀ ਆਫਟਰ 5 ਇਅਰਸ 10 ਇਅਰਸ ਬਿਕਾਜ਼ ਜੇ ਤੁਹਾਡਾ ਮਾਈਂਡ ਸੈਟ ਹੀ ਨਹੀਂ ਚੇਨ ਹੋਗਾ ਦਸਾਲਾ ਚ ਹਾਊ ਆਰ ਯੂ ਗਰੋਇ ਤੇ ਤੁਹਾਨੂੰ ਮੈਂ ਦੇਖਦੇ ਗਰੀਡ ਹੀ ਬਹੁਤ ਹੈ ਦੇ ਵਾਂਟ ਟੂ ਟੇਕ ਅਵਰ ਦਾ ਮਨੀ ਜੋ ਫੰਡਸ ਆਂ ਦੇ ਲੋਗਾ ਕੋਲ ਪਹੁੰਚਦੇ ਨਹੀਂ ਆ ਉਹਦਾ ਬਹੁਤ ਹੀ ਘੱਟ ਹਿੱਸਾ ਪਹੁੰਚਦਾ ਸਸ਼ੀ ਗਾਲਦੀ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਆ ਤੁਹਾਡੇ ਨਾਲ ਸੀਰਤ ਸੰਧੂ ਪੰਜਾਬ ਚ ਚੋਣਾਂ ਦੇ ਨਤੀਜੇ ਸਿਰਦੇ ਨੇ ਤੇ ਇਸ ਵਾਰ ਚੋਣਾਂ ਬੜੀਆਂ ਵੱਖਣੀਆਂ ਰਹੀਆਂ ਵੱਖ-ਵੱਖ ਸਰਵੇਜ਼ ਅਨੁਸਾਰ ਆਮ ਆਦਮੀ ਪਾਰਟੀ ਇਸ ਵਾਰ ਸਰਕਾਰ ਬਣਾਉਣ ਵੱਲ ਵਧ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ 'ਚ ਬੜੇ ਨੌਜਵਾਨਾਂ ਨੇ ਹਿੱਸਾ ਲਿਆ ਆਪਣਾ ਯੋਗਦਾਨ ਪਾਇਆ ਉੱਥੇ ਹੀ ਰਵਾਇਤੀ ਪਾਰਟੀਆਂ 'ਚ ਵੀ ਬੜੇ ਨੌਜਵਾਨਾਂ ਨੇ ਆਪਣੇ ਆਪਣੇ ਆਪ ਨੂੰ ਉੱਭਰ ਕੇ ਸਾਹਮਣੇ ਰੱਖਿਆ ਸਾਡੇ ਨਾਲ ਅੱਜ ਸੁਖਪਾਲ ਸਿੰਘ ਖੈਰਾ ਦੀ ਨੂੰ ਵਰੀਤ ਰੰਦਾਵਾ ਖੈਰਾ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵਰੀਤ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੇ ਪਿਛੋਕੜ ਬਾਰੇ ਦੱਸੋ ਕੀ politically ਤੁਸੀਂ ਪਿੱਛੋਂ ਵੀ ਸਿਆਸਤ ਇੰਟਰਸਟ ਲੈਂਦੇ ਆਏ ਹੋ ਤੁਹਾਡੇ ਘਰ ਦੇ ਬੈਕਗ੍ਰਾਉਂਡ ਬਾਰੇ ਦੱਸੋ ਆਪਣੇ ਬਾਰੇ ਹਾਂਜੀ ਬਿਲਕੁਲ ਵੀ ਨਹੀਂ ਪਿੱਛੋਂ ਅਸੀਂ ਬਿਲਕੁਲ ਹੀ ਪੋਲਿਟਿਕਸ ਨਾਲ ਕਨੈਕਟਡ ਨਹੀਂ ਸੀ ਮੇਰੇ ਫਾਦਰ ਇੱਕ ਕਮਰਸ਼ੀਅਲ ਪਾਇਲਟ ਹੈ GPS ਰੰਦਾਵਾ ਤੇ ਸਾਡੀ ਬੜੀ ਲਿਬਰਲ ਅਪਰਿੰਗਿੰਗ ਰਹੀ ਹੈ ਐਂਡ ਮੇਰੀ ਸਾਰੀ ਐਜੂਕੇਸ਼ਨ ਪਟਿਆਲੇ ਹੋਈ ਹੈ ਉਸ ਤੋਂ ਬਾਅਦ ਦਿੱਲੀ ਲੇਡੀ ਸ਼੍ਰੀ ਰਾਮ ਤੇ ਫਿਰ ਮਾਸਟਰਸ ਲੰਡਨ ਸਕੂਲ ਆਵ ਇਕਨੋਮਿਕਸ ਮੇਰੀ ਇੱਕ ਆਰਗੇਨਾਈਜ਼یشنل ਸਾਈਕੋਲੋਜੀ ਬੈਕਗ੍ਰਾਉਂਡ ਹੈ ਜੀ ਸੋ ਬਿਲਕੁਲ ਵੀ ਪੋਲਿਟਿਕਸ ਨਾਲ ਕੋਈ ਇੰਟਰੈਕਸ਼ਨ ਨਹੀਂ ਸੀ ਕਦੇ ਵੀ ਹਾਂਜੀ ਵਿਆਹ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਦੋ ਸਾਲ ਹੋ ਗਏ ਨੇ ਜੀ ਨਵੰਬਰ ਚ ਦੋ ਸਾਲਾਂ ਚ ਕਿੰਨਾ ਸਿਆਸਤ ਨੂੰ ਸਮਝ ਪਾਇਓ ਕਾਫੀ ਜੀ ਪਾਪਾ ਦੇ ਜੇਲ੍ਹ ਜਾਣ ਤੋਂ ਬਾਅਦ ਤਾਂ ਬਿਲਕੁਲ ਹੀ ਸਭ ਕੁਝ ਬਹੁਤ ਹਾਰਸ਼ ਤੇ ਸਾਡੇ ਤੇ ਹੀ ਸਿੱਟਿਆ ਗਿਆ ਸੀ ਮੇਰੇ ਹਸਬੰਡ ਮਹਤਾਬ ਤੇ ਤਾਂ ਉਹਦੇ ਕਰਕੇ ਆਈ ਥਿੰਕ ਜਿੰਨਾ ਮੈਂ ਜ਼ਿਆਦਾ ਰੂਬਰੂ ਹੋਈ ਹੋਈ ਐ ਇਹਨਾਂ 2 ਮਹੀਨਿਆਂ ਚ ਮੈਨੂੰ ਲੱਗਦਾ ਮੈਂ 2 ਸਾਲਾਂ ਚ ਹੀ ਹੋਈ ਸੀ ਤੇ 2 ਮਹੀਨੇ ਸਾਡੇ ਲਈ ਬਹੁਤ ਹੀ ਚੈਲੈਂਜਿੰਗ ਰਹੇ ਨੇ ਤੇ ਬਹੁਤ ਹੀ ਨੋਲੇਜ ਆ ਗਈ ਜੀ ਮੈਨੂੰ ਔਨ ਪੋਲਿਟਿਕਸ ਦੀ ਕਹਿ ਸਕਦੇ ਹਾਂ ਬਹੁਤ ਨਹੀਂ ਜਿੰਨੀ ਆਸਕ ਦੇਖ ਜਿਵੇਂ ਅਮ ਗੱਲ ਕਰ ਰਹੇ ਹਾਂ ਕਿ ਹਾਂਜੀ ਸੁਖਪਾਲ ਸਿੰਘ ਖਿਆ ਰਾਜ ਜਦੋਂ ਜੇਲ੍ਹ ਗਏ ਜੇਲ੍ਹ ਰੈਕੇ ਆਏ ਐ ਈਡੀ ਨੇ ਬਹੁਤ ਅਲਿਗੇਸ਼ਨ ਲਾਈਆਂ ਤੁਸੀਂ ਕੀ ਸਮਝਦੇ ਉਸ ਤੋਂ ਜੀ ਬਿਲਕੁਲ ਇਹ ਤਾਂ ਜੀ ਮੈਂ ਹੁਣ ਜਿਵੇਂ ਪੜ੍ਹੀ ਆ ਨਾ ਜੀ ਬਾਰਬਰ ਮੈਂ ਇਸ ਕੰਟਰੀ ਦਾ ਇਹ ਤਾਂ ਕਹਿਣਾ ਚਾਹੂੰਗੀ ਆਪਣਾ ਲਾ ਬੜਾਈ ਵੀਕ ਹੈ ਇਸ ਮਾਮਲੇ ਚ ਕੀ ਪ੍ਰੋਟੈਕਸ਼ਨ ਆਪਣਾ ਤਾਂ ਪਹਿਲਾਂ ਅੰਡਰਸਟੈਂਡਿੰਗ ਆਫ ਦ ਲਾਅ ਹੀ ਇਹ ਹੁੰਦੀ ਹੈ ਨਾ ਜੀ ਗਿਲਟੀ ਟਿਲ ਪ੍ਰੂਵਨ ਉੱਥੇ ਹੁੰਦਾ ਹੈ ਬਾਹਰ ਹੁੰਦਾ ਇਨੋਸੈਂਟ ਟਿਲ ਪ੍ਰੂਵਨ ਗਿਲਟੀ ਆਪਣਾ ਤਾਂ ਬੜਾ ਕਨਸੈਪਟ ਹੀ ਪੁੱਠਾ ਚੱਲਦਾ ਇਸ ਕੰਟਰੀ 'ਚ ਤੇ ਬਹੁਤ ਚੈਲੰਜਸ ਸੀਗੇ ਇਨੀਸ਼ੀਅਲੀ ਜਦੋਂ ਲੈ ਕੇ ਗਏ ਬਟ ਔਨ ਦਾ ਆਧਾਰਨ ਮੈਂ ਇਹ ਵੀ ਕਹਿਣਾ ਚਾਹੂੰਗੀ ਕੰਸਟੀਟੂਐਂਸੀ ਦੇ ਲੋਕਾਂ ਨੇ ਸਾਰੇ ਫੈਮਿਲੀ ਤੇ ਫਰੈਂਡਸ ਨੇ ਬਹੁਤ ਹੀ ਸਪੋਰਟ ਕੀਤੀ ਬਹੁਤ ਪਿਆਰ ਦਿਖਾਇਆ ਸਾਰਿਆਂ ਨੂੰ ਉਮੀਦ ਸੀ ਤੇ ਡਾਟ ਦੇ ਕੈਰੈਕਟਰ ਬਾਰੇ ਜੀ ਸਾਰੇ ਜਾਣਦੇ ਆ ਕਿ ਉਹ ਬੜੇ ਬੇਦਾਗ ਨੇ ਖੁੱਲ ਕੇ ਬੋਲਦੇ ਆਪੋਜੀਸ਼ਨ ਅਗੇਂਸਟ ਸੀਗੇ ਯੂ نو ਲੀਡਰ ਆਫ ਆਪੋਜੀਸ਼ਨ ਹਮੇਸ਼ਾ ਪਾਰਟੀ ਆ ਦੇ ਪਿੱਛੇ ਬੋਲ ਰਹੀ ਸੀ ਤਾਂ ਕਰਕੇ ਇਨੀ ਬੈਕਲੈਸ਼ ਕਰਕੇ ਉਹਨਾਂ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਸਪੋਰਟ ਦੇ ਕੇ ਆਈ ਥਿੰਕ ਸਾਨੂੰ ਵੀ ਸਪੋਰਟ ਮਿਲ ਰਹੀ ਸੀ ਟੂ ਫਾਈਟ ਇਟ ਬੈਕ ਹਾਂਜੀ ਜਿਵੇਂ ਅਮ ਤੁਸੀਂ ਦੱਸਦੇ ਹੋ ਕਿ ਬੜਾ ਬੇਬਾਕ ਬੋਲਦੇ ਆਏ ਆ ਉਹਨਾਂ ਦੀ ਆਈਡੀਓਲੋਜੀ ਕਾਈਂਡ ਆਫ ਡਿਫਰੈਂਟ ਹੈ ਵੈਲ ਸਪੋਕਨ ਹੈਗੇ ਪਰ ਫਿਰ ਵੀ ਆ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਨੀਆਂ ਸਟਰਗਲਸ ਦੇ ਥਰੂ ਹੋਣਾ ਪਿਆ ਤਾਨੂੰ ਕੀ ਲੱਗਦਾ ਜਦ ਕਿ ਤੁਹਾਨੂੰ 2 ਸਾਲ ਹੀ ਹੋਇਆ ਵਿਆਹ ਕੇ ਇਸ ਘਰ ਚ ਆਏ ਨੂੰ ਪਰ ਫਿਰ ਵੀ ਤੁਸੀਂ ਗੱਲਾਂ ਸੁਣਦੇ ਹੀ ਹੋਗੇ ਕਿ ਪਹਿਲਾਂ ਆ ਸੀਗਾ ਉਹਨਾਂ ਨੇ ਆ ਕੀਤਾ ਆ ਕੀਤਾ ਜੀ ਆਈ ਥਿੰਕ ਜਿਹੜੇ ਲੋਕ ਜ਼ਿਆਦਾ ਬੋਲਦੇ ਹੁੰਦੇ ਹਨ ਜੀ ਅੱਜਕੱਲ ਦੇ ਏਟਲੀਸਟ ਸਿਸਟਮ ਜਿੱਥੇ ਨਹੀਂ ਕਰਪਸ਼ਨ ਹੈ ਕਿਉਂਕਿ ਆਪਣੀ ਕੰਟਰੀ ਜੇ ਬੋਲਦੇ ਹੋ ਤੁਹਾਡੇ ਤੇ ਜ਼ਿਆਦਾ ਤੋਂ ਜ਼ਿਆਦਾ ਉਹ ਫੋਰਸਫੁਲੀ ਆਂਦੇ ਤੁਹਾਨੂੰ ਦਬਾਉਣ ਤੁਹਾਨੂੰ ਚੁੱਪ ਕਰਾਣੇ ਤਾਂ ਹੁਣ ਸਮਥਿੰਗ ਮੈਂ ਵੀ ਦੇਖਣ ਲੱਗ ਗਿਆ ਜਿੰਨਾ ਬੋਲੋਗੇ ਉਹਨਾਂ ਦਬਾਉਣ ਦੀ ਕੋਸ਼ਿਸ਼ ਕਰਦਾ ਬੋਲਣਾ ਪਾਰੀ ਪੈ ਰਿਹਾ ਬਿਲਕੁਲ ਜੀ ਸਾਨੂੰ ਤਾਂ ਬਿਲਕੁਲ ਪਿਆ ਹੈ ਬਟ ਐਟ ਦਿ ਐਂਡ ਆਫ ਦਿ ਡੇ ਜੀ ਜਿੰ ਉਦੇ ਕਰਕੇ ਫਿਰ ਤੁਹਾਨੂੰ ਸਹੀ ਵੀ ਲੱਗਦਾ ਕਿ ਜੇ ਲੋਕ ਹੀ ਸਮਝ ਪਾ ਰਹੇ ਕਿਉਂਕਿ ਐਟ ਦੀ ਐਂਡ ਆਫ ਦੇ ਸਿਆਸਤ ਤਲੋਕਾਂ ਦੇ ਕਰਕੇ ਹੀ ਆ ਨਾ ਤੁਹਾਨੂੰ ਤਾਜ ਤਾ ਉਹਨਾਂ ਨੇ ਹੀ ਦੇਣਾ ਜੇ ਦੇਣਗੇ ਸਿਆਸੀ ਤਾਂ ਆਈ ਥਿੰਕ ਜੇ ਥੋੜਾ ਮੁੱਲ ਪੈਂਦਾ ਕਿਉਂਕਿ ਇਹਨਾਂ ਨੇ ਤਾਂ ਉਦਾਂ ਕਰਦੇ ਰਹਿਣਾ ਰਿਗਾਰਡਲੈਸ ਕੋਈ ਦਇਆ ਨਾ ਦੇ ਬਟ ਅੱਛਾ ਲੱਗਦਾ ਜਦ ਲੋਕ ਵੀ ਦੇਖਦੇ ਆ ਕਿ ਭਈ ਇਹ ਲੀਡਰ ਸਾਡੇ ਲਈ ਖੜੂਗੇ ਬੋਲੂਗੇ ਬਹੁਤ ਜ਼ਰੂਰੀ ਹੈ ਜੀ ਲੱਗਦਾ ਤੁਹਾਡੇ ਹਸਬੰਦ ਮਹਿਤਾਬ ਖੈਰਾ ਪੋਲਿਟਿਕਸ ਜਾਣਗੇ ਜੀ ਕੁਝ ਕਹਿ ਨਹੀਂ ਸਕਦੀ ਉਹਨਾਂ ਦੀ ਆਈ ਥਿੰਕ ਬਿਲਕੁਲ ਇਹਨਾਂ ਦੀ ਚੋਇਸ ਤਾਂ ਕਦੇ ਸੀ ਨਹੀਂ ਕਿਉਂਕਿ ਹੀ ਇਜ਼ ਅ ਲਾਇਰ ਇਨ ਦਾ ਹਾਈ ਕੋਰਟ ਬਟ ਇਹਨਾਂ ਨੂੰ ਪੁਸ਼ ਕੀਤਾ ਗਿਆ ਸਰਕਮਸਟੈਂਸਸ ਵੱਲੋਂ ਇਹਨਾਂ ਨੇ ਸਾਰਾ ਮੋਰਚਾ ਸੰਭਾਲਿਆ ਉਹ ਸੈਟਲ ਪਪਾ ਨਹੀਂ ਆਇਆ ਐਂ ਬਹੁਤ ਬਖੂਬੀ ਸੰਭਾਲਿਆ ਮੈਨੂੰ ਵੀ ਐਕਸਪੈਕਟੇਸ਼ਨ ਨਹੀਂ ਥੀ ਹੀ ਵਾਸ ਆਊਟ देयर ਮੀਟਿੰਗ ਪੀਪਲ ਐਂ ਆਲਰੇਡੀ ਲਾ ਕਰਕੇ ਉਹ ਕੌਨਫੀਡੈਂਸ ਐਂ ਲੀਗਲ ਨੋਲੇਜ ਦਾ ਸੀਗੀ ਬਟ ਉਹ ਜੋ ਕਹਿੰਦੇ ਕਿ ਇੱਕ ਲੋਕਾਂ ਨੂੰ ਹੌਸਲਾ ਦੇਣਾ ਐਂ ਐਂ ਆਲ ਜੋ ਇੱਕ ਪੋਲਿਟਿਸ਼ੀਅਨ ਦਾ ਕੰਮ ਹੁੰਦਾ ਕੰਮ ਚੱਲਦੇ ਰਹਿਣ ਉਹ ਸਾਰਾ ਮੇਰੇ ਹਸਬੰਦ ਨੇ ਬਖੂਬੀ ਨਿਭਾਇਆ ਤਾਂ ਜੀ ਦੇਖੋ ਟਾਈਮ ਨਾਲ ਕਿੱਥੇ ਹੁੰਦਾ ਕਿੱਦਾਂ ਹੁੰਦਾ ਜੇ ਆਉਂਦੇ ਐ ਟਾਈਮ ਨਾਲ ਅੱਗੇ ਤਾਂ ਤੁਸੀਂ ਸਪੋਰਟ ਕਰੋਗੇ ਬਿਲਕੁਲ ਜੀ ਜਿੱਧਰ ਉਹ ਜਾਣਾ ਚਾਹੁੰਦੀਆਂ ਉਹ ਜਿਹੇ ਮੈਰੀਡ ਹੀ ਹੈ ਜੀ ਉਹ ਪੋਲਿਟੀਕਲ ਫੈਮਿਲੀ ਦੈਨ ਆ ਵਿਲ ਸਪੋਰਟ ਹਿਮ ਥਰੋਲੀ ਐਂਡ ਥਰੋਅਆਊਟ ਹਾਂਜੀ ਪੋਲਿਟਿਕਸ ਨੂੰ ਐਪਰੀਸ਼ੀਏਟ ਕਰਦੇ ਆ ਆਮ ਇਹਨਾਂ ਦੀ ਪੋਲਿਟਿਕਸ ਨੂੰ ਕਰਦੀ ਹੈ ਇਹਨਾਂ ਦੇ ਮਾਈਂਡਸੈਟ ਨੂੰ ਕਰਦੀ ਹੈ ਵੈਸੇ ਇਨ ਦਿਸ ਕੰਟਰੀ ਜੀ ਨਾਟ ਸੋ ਮੱਚ ਕਿਉਂਕਿ ਜਿਹੜੇ ਲੋਕ ਜੇ ਤੁਸੀਂ ਪੈਸੇ ਲਈ ਹੀ ਪੋਲਿਟਿਕਸ ਕਰ ਰਹੇ ਹੋ ਤੁਸੀਂ ਜੀ ਅੱਛੀ ਫੈਮਲੀਸ ਤੋਂ ਵੈਰੀ ਗੁੱਡ ਆਪਣਾ ਇੰਜੋਏ ਕਰੋ ਬਟ ਇੱਥੇ ਤਾਂ ਮੈਂ ਦੇਖਦੀ ਹਾਂ ਗਰੀਡ ਹੀ ਬਹੁਤ ਹੈ ਦੇ ਵਾਂਟ ਟੂ ਟੇਕ ਅਵੇ ਦਾ ਮਨੀ ਜੋ ਫੰਡਸ ਆਂਦੇ ਲੋਕਾਂ ਕੋਲ ਪਹੁੰਚਦੇ ਨਹੀਂ ਆ ਉਹਦਾ ਬਹੁਤ ਹੀ ਘੱਟ ਹਿੱਸਾ ਪਹੁੰਚਦਾ ਜੋ ਮੈਂ ਇੱਥੇ ਨਹੀਂ ਸਾਰੀ ਜਦ ਮੈਂ ਮਤਾਬ ਨੂੰ ਫੰਡਸ ਦਿੰਦੇ ਦੇਖਿਆ ਜੀ ਜਿੰਨਾ ਜਦ ਪਾਪਾ ਨੇ ਕਾਂਗਰਸ ਜੁਆਇਨ ਕੀਤੀ ਜਿੰਨੇ ਫੰਡਸ ਆਏ ਬਿਊਟੀਫੁਲੀ ਸਾਰੇ ਉੱਧਰ ਗਏ ਨੇ ਵੀ ਹੈਵਨਟ ਕੈਪਟ ਅ ਥਿੰਗ ਐਂਡ ਵੀ can say that very proudly and openly i don't think so many politicians ਏਦਾਂ ਕਹਿ ਵੀ ਸਕਦੇ ਆ ਤਾਂ ਇੱਕ thing ਹੈ which i don't respect so much about her uh, politics ਮੈਂ appreciation ਬਾਰੇ ਤਾਂ ਪੁੱਛਿਆ ਕਿਉਂਕਿ ਜਿੱਥੇ ਸੱਤਾ ਵਿੱਚ ਆਨੰਦ ਬਹੁਤ ਹੈ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਹਨ ਉੱਥੇ ਬਹੁਤ ਸਾਰੀਆਂ ਚੀਜ਼ਾਂ ਗਵਾਉਣੀਆਂ ਵੀ ਪੈਂਦੀਆਂ ਜਿਵੇਂ ਜੇਲ੍ਹ ਵੀ ਜਾਣਾ ਪੈ ਸਕਦਾ ਫੇਰ ਫੇਰ ਵੀ ਤੁਸੀਂ ਆਪਣਾ ਇਹੀ ਕਹੋਗੇ ਕਿ ਹਾਂਜੀ ਜੇ ਕੱਲੋਂ ਆਉਂਦੇ ਆ ਪੋਲਿਟਿਕਸ 'ਚ ਤਾਂ ਮੈਂ ਨਾਲ ਹੀ ਖੜੂੰਗੀ ਹਾਂਜੀ ਕਿਉਂਕਿ ਨਾ ਜੀ ਇਹਨਾਂ ਦੀ ਜੋ thought ਸਟਰਕਚਰਸ ਐਂਡ ਦਾ ਫੈਮਿਲੀ ਇਹਨਾਂ ਦੇ ਪਾਪਾ ਜੀ ਵੀ ਸੀਗੇ ਪੋਲਿਟਿਕਸ 'ਚ ਡੈਡ ਵੀ ਐ ਤੇ ਮਤਾਬ ਵੀ ਆਮ गिवन ਕਿ ਜੋ ਨਾ ਦਾ ਆਈਡੀਓਲੋਜੀ ਐ ਸੈਟਅਪ ਐ ਜਿਵੇਂ ਡੈਡ ਵੀ ਚਾਹੁੰਦੇ ਚੇਂਜ ਹੋਣਾ ਚਾਹੀਦਾ ਦੇਰ ਸ਼ੁਡ ਬੀ ਰਾਈਟਫੁਲਨੈਸ ਉਹ ਦੇ ਲਈ ਜੀ ਥੋੜਾ ਜਿਹਾ ਯੂ ਹੈਵ ਟੂ ਟੇਕ ਦੇ ਸੇਨ ਆਫ ਯੂ ਵਾਂਟ ਦ ਸ਼ੇਅਰ ਆਫ ਦ ਫੇਮ ਯੂ ਹੈਵ ਟੂ ਟੇਕ ਦ ਸ਼ੇਅਰ ਆਫ ਦ ਬਲੇਮ ওই ਵਾਲੀ ਗੱਲ ਹੋ ਜਾਂਦੀ ਹੈ ਜੀ ਥੋੜਾ ਤਾਂ ਚੱਲਦਾ ਹੀ ਹੈ ਜਿੱਥੇ ਫੇਮ ਵੀ ਹੈ ਫਿਰ ਜੀ ਲੋਕ ਤੁਹਾਡੇ ਤਾਂ ਕੁਝ ਕਹਿ ਵੀ ਸਕਦੇ ਆ ਬੋਲ ਵੀ ਸਕਦੇ ਆ ਇਹ ਵੀ ਤੁਹਾਨੂੰ ਥਿਕ ਸਕਿਨ ਤਾਂ ਡਿਵੈਲਪ ਕਰਨੀ ਪੈਂਦੀ ਹੈ ਮੈਨੂੰ ਲੱਗਦਾ ਹਾਂਜੀ ਸੀਐਮ ਕਿਨੂੰ ਦੇਖਣਾ ਚਾਹੁੰਦੇ ਹੋ ਨਤੀਜੇ ਆਗੇ ਬਸ ਮੈਂ ਤਾਂ ਜੀ ਸੀਐਮ ਚਰਨਜੀਤ ਸਿੰਘ ਚੰਨੀ ਜੀ ਨੂੰ ਹੀ ਦੇਖਣਾ ਚਾਹੁੰਦੀ ਆ ਬਿਕੋਜ਼ ਹੀਰ ਫਰਮ ਦਾ ਪਾਰਟੀ ਐਂਡ ਆਈ ਥਿੰਕ ਮੈਨੂੰ ਉਹਨਾਂ ਦੀ ਆਈਡੀਓਲੋਜੀ ਬਹੁਤ ਅੱਛੀ ਲੱਗੀ ਤੇ ਜਿੱਦਾਂ ਉਹ ਲੋਕਾਂ ਵਿੱਚ ਰੁਝੇ ਸੀ ਨਾ ਜੀ ਮੈਂ ਕਿਸੇ ਸੀਐਮ ਨੂੰ ਨਹੀਂ ਇੰਨਾ ਅਦਾ ਕਰਦੇ ਦੇਖਿਆ ਐਜ਼ ਅ ਯੰਗਸਟਰ ਐਜ਼ ਸੰਬਡੀ ਜਿਹਦਾ ਕੋਈ ਪੋਲਿਟਿਕਸ ਨਾ ਨਹੀਂ ਸੀਗਾ ਪਹਿਲੇ ਲਿੰਕਸ ਮੈਨੂੰ ਉਹ ਚੀਜ਼ ਬਹੁਤ ਅੱਛੀ ਲੱਗੀ ਕਿ ਹੀ ਵਾਸ ਅ ਸੀਐਮ very approachable to the people and ਸਾਡੀ ਕੰਟਰੀ ਜੇ ਹੁਣ ਨੀਡ ਆਫ ਦਾ ਆਰ ਹੈ ਤੇ ਸਟੇਟ ਦਾ ਬਿਲਕੁਲ ਕਿਉਂਕਿ ਪੰਜਾਬੀ ਵੈਸੇ ਹੀ ਬੜੇ ਅਵੇਕਨਡ ਹੁੰਦੇ ਐ एवरीवन ਬਾਡੀ ਵਾਂਟਸ ਕਿ ਅਸੀਂ ਨਾ ਇੰਟਰੈਕਟ ਕਰ ਸਕੀਏ ਜਿੰਨਾ ਛੋਟੀ ਮਰਜ਼ੀ ਟਾਈਮ ਲਿਓ ਬਟ ਇੰਟਰੈਕਸ਼ਨ ਬਹੁਤ ਜ਼ਰੂਰੀ ਹੈ ਜੀ ਜਦੋਂ ਤੁਹਾਡੇ ਸੋਹਰਾ ਸਾਹਿਬ ਸਿਕਪਾਲ ਸਿੰਘ ਖਹਿਰਾ ਜੇਲ੍ਹ 'ਚ ਸੀਗੇ ਨਾ ਤਾਂ ਉਦੋਂ ਚਰਨਜੀਤ ਸਿੰਘ ਚੰਨੀ ਨਾ ਦਵਜੋਤ ਸਿੰਘ ਸਿੱਧੂ ਕੋਈ ਕੁਝ ਖਾਸ ਸਾਥ ਦੇਖਣ ਨੂੰ ਨਹੀਂ ਮਿਲਿਆ ਉਹਨਾਂ ਨੇ ਕਿੰਨੀ ਕਿ ਤੁਹਾਡੀ ਸਾਰ ਪੁੱਛੀ ਸੋਸ਼ਲ ਮੀਡੀਆ ਤੇ ਤਾਂ ਕੁਝ ਖਾਸ ਨਹੀਂ ਬਾਹਰ ਆਇਆ ਹਾਂਜੀ ਆਈ ਥਿੰਕ ਬਟ ਉਹ ਸਾਡੇ ਘਰੇ ਆ ਗਏ ਸੀਗੇ ਚਰਨਜੀਤ ਸਿੰਘ ਚੰਨੀ ਜੀ ਘਰੇ ਆ ਕੇ ਗਏ ਸੀਗੇ ਐਂਡ ਉਹਦੇ ਨਾਲ ਬਹੁਤ ਕੌਨਫੀਡੈਂਸ ਆਇਆ ਸਾਰੀ ਪਾਰਟੀ 'ਚ ਐਂਡ ਆਈ ਥਿੰਕ ਇਟ ਟੁਕ ਹਿਮ ਅ ਵੀਕ ਹਫਤਾ ਹਫਤਾ ਤਾਂ ਅਸੀਂ ਵੀ ਜੀ ਸਾਰੇ ਬੜੇ ਕਨਫਿਊਜ਼ਡ ਰਹੇ ਆ ਫਾਈਟਿੰਗ ਦ ਲੀਗਲ ਸਿਸਟਮ ਬਿਕਾਜ਼ ਸਾਨੂੰ ਨਹੀਂ ਪਤਾ ਸੀ ਉਹ ਜੇਲ ਹੋਊਗੀ ਕਿ ਈਡੀ ਆਪਣੇ ਕੋਲ ਹੀ ਰਿਮਾਂਡ ਚ ਰੱਖਣਾ ਚਾਹਦੀ ਆ ਬਟ ਆਫਟਰ ਦਟ ਆਈ ਥਿੰਕ ਉਹਨਾਂ ਨੇ ਸਪੋਰਟ ਕੀਤੀ ਨਵਜੋਤ ਸਿੰਘ ਸਿੱਧੂ ਜੀ ਹਮੇਸ਼ਾ ਮੇਰੇ ਹਸਬੰਡ ਨਾਲ ਇਨ ਟੱਚ ਰਹੇ ਹੋਵਰ ਦ ਫੋਨ ਸੋ ਆਈ ਥਿੰਕ ਇਟ ਵਾਸ ਫਾਈਨ ਵੀ ਵਰ ਨਾਟ ਪਬਲਿਕ ਅਬਾਊਟ ਇਟ ਬਟ ਥਰ ਵਾਸ ਅ ਲੋਟ ਆਫ ਸਪੋਰਟ ਇਨਸਾਈਡ ਹਾਂਜੀ ਇਹਨੂੰ ਪਰਸਨਲ ਰੱਖਣਾ ਲਾਈਕ ਪਬਲੀਕਲੀ ਇਸ ਚੀਜ਼ ਨੂੰ ਬਾਹਰ ਨਹੀਂ ਲੈ ਕੇ ਆਏ ਕੋਈ ਹੋਰ ਅਜੈਂਡਾ ਸੀ ਇਹਦੇ ਪਿੱਛੇ ਕਿਉਂ ਨਹੀਂ ਕੀਤਾ ਨਹੀਂ ਜੀ ਮੈਂ ਤਾਂ ਮੇਰਾ ਤਾਂ ਕੋਈ ਵੀ ਇਹਦੇ ਚ ਅਜੰਡਾ ਨਹੀਂ ਸੀ ਆਮ ਤੋ ਸਮਬਡੀ ਹੂਜ਼ ਰੀਲੀ ਆਊਟ ਆਫ ਟੱਚ ਉਹਨਾਂ ਨੇ ਜੀ ਜੇ ਕਰਨਾ ਸੀ ਜਦ ਕਰਿਆ ਸੀ ਚਰਨਜੀਤ ਸਿੰਘ ਚੰਨੀ ਜੀ ਅਸਤ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਫੋਟੋ ਅਪਾਤੀ ਸੀ ਸੋ ਬਾਕੀ ਤਾਂ ਆਈ ਥਿੰਕ ਉਹਨਾਂ ਤੇ ਹਾਊ ਦੇ ਵਾਂਟ ਟੂ ਗੋ ਹੈਡ ਵਿਦ ਇਟ ਅਸੀਂ ਤਾਂ ਆਪਣੇ ਵੱਲੋਂ ਵੀ ਆਲਵੇਸ ਮਾਈ ਹਸਬੈਂਡ ਆਲਸੋ ਆਲਵੇਸ ਸੈਡ ਇਨ ਇੰਟਰਵਿਊਜ਼ ਜੀ ਕਿ ਦੋਨਾਂ ਨੇ ਸਾਨੂੰ ਆ ਕੇ ਸਪੋਰਟ ਕੀਤਾ ਓਵਰ ਫੋਨ ਐਂਡ ਆਲ ਆਰ ਵਾਸ ਇਨ ਟੱਚ ਅਸਤ ਦੱਸਿਆ ਰਿਪਬਲਿਕਲੀ ਹਾਂਜੀ ਤਿੰਨ ਚਾਰ ਖਾਸ ਸੀਐਮ ਚਰੇ ਹੋਏ ਸੁਖਬੀਰ ਬਾਦਲ ਭਗਵੰਤ ਮਾਨ ਚਰਨਜੀਤ ਸਿੰਘ ਚਾਨੀ ਕੈਪਟਨ ਸਾਹਿਬ ਪਰ ਸੁਖਪਾਲ ਸਿੰਘ ਖਿਆਰਾ ਦੀ ਕਿਸੇ ਨਾਲ ਵੀ ਖਾਸ ਨਹੀਂ ਬੰਦੀ ਬੇਸ਼ੱਕ ਕੈਪਟਨ ਸਾਹਿਬ ਜਾਂਦੇ ਜਾਂਦੇ ਕਾਂਗਰਸ ਦੀ ਸੀਟ ਦਵਾ ਗਏ ਪਰ ਫਿਰ ਵੀ ਇਹਨਾਂ ਦੀ ਕਿਸੇ ਨਾਲ ਖਾਸ ਨਹੀਂ ਬੰਦੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਤਾਂ ਹੁਣ ਪਾਪਾ ਨਹੀਂ ਤੁਸੀਂ ਬੁੱਝ ਸਕਦੇ ਕਿਉਂ ਨਹੀਂ ਬੰਦੀ ਮੈਨੂੰ ਤਾਂ ਪਤਾ ਨਹੀਂ ਹੈ ਜੀ ਮੈਂ ਤਾਂ ਇੱਕ ਬਹੁਤ ਹੀ ਬੈਕ ਹੈਂਡ ਲੈਵਲ ਦੀ ਪੋਲਿਟਿਕਸ ਦੇਖ ਰਹੀ ਹਾਂ ਇਹ ਤਾਂ ਜਦ ਸਾਨੂੰ 2 ਮੰਥਸ ਮਿਲੇ ਮੈਂ ਥੋੜੀ ਅਵੇਕਨਡ ਹੋਈ ਤੇ ਦੇਖਿਆ ਇਸ ਲਈ ਇਹਦੇ ਤੇ ਮੈਂ ਕਿਉਂ ਨਹੀਂ ਕਹਿ ਸਕਦੀ ਹੋਪਫੁਲੀ ਹੁਣ ਇੱਕ ਡਿਫਰੈਂਟ ਸਾਈਡ ਦੇਖੋਗੇ ਤੁਸੀਂ ਉਹਨਾਂ ਦਾ ਇੱਕ ਡਿਫਰੈਂਟ 올ਿਵ ਬ੍ਰਾਂਚ ਵੀ ਸਾਰਿਆਂ ਨਾਲ ਸਟਾਰਟ ਹੋ ਗਈ ਕਿਉਂਕਿ ਆਫਟਰ ਇਸ ਜੇਲ ਟਾਈਮ ਨਾਲ ਆਈ ਥਿੰਕ ਕਾਫੀ ਕਲੈਰਿਟੀ ਡੈਡ ਨੂੰ ਵੀ ਆਈ ਹੈ ਕਿ ਹਾਊ ਟੂ ਗੋ ਹੈਡ ਵਿਦ ਇਟ ਆਮ ਯੂ ਟਰਨ ਕਿੰਨਾ ਕਿੰਨਾ ਇੰਪੋਰਟੈਂਟ ਹੁੰਦਾ ਪੋਲਿਟਿਕਸ यू टर्न इन व्हिच वे जी अपनी गल कहती फिर अपनी गल तो ही मुकर जाना ए तो जी आई थिंक you know, यू नो ए कल्ले पॉलिटिक्स नहीं मैं कहूंगी इन एनी फील्ड जिथे ਤੁਸੀਂ ਪਬਲਿਕਲੀ ਇਕ ਸਪੀਕਿੰਗ ਕਰਦੇ ਹੋ ਬੀ ਇਟ ਯੂ ਸੀ ਆ ਬੋਲੀਵੁੱਡ অর ਹਾਲੀਵੁੱਡ অর ਐਨੀ ਫੀਲਡ ਵੇਰ ਯੂ ਆਰ ਪਬਲਿਕਲੀ ਇੰਟਰਐਕਟਿਵ ਹੁੰਦਾ ਹੀ ਹੈ ਜੀ ਮੈਂ ਤਾਂ ਸਾਰਿਆਂ ਦੇ ਹੀ ਦੇਖਿਆ ਯੂ ਟਰਨਸ ਇਹ ਜੋ ਕੋਈ ਇਨਸਾਨ ਨਹੀਂ ਹੈ ਜਿਨੇ ਇਕ ਚੀਜ਼ ਕੀਤੀ ਤੇ ਕਦੇ ਨਹੀਂ ਮੇਬੀ ਆਫਟਰ 5 ਇਅਰਸ 10 ਇਅਰਸ ਬਿਕਾਜ਼ ਜੇ ਤੁਹਾਡਾ ਮਾਈਂਡ ਸੈਟ ਹੀ ਨਹੀਂ ਚੇਂਜ ਹੋਗਾ 10 ਸਾਲਾਂ ਚ ਹਾਊ ਆਰ ਯੂ ਗਰੋਇੰਗ ਤਾਂ ਮੈਨੂੰ ਤਾਂ ਲੱਗਦਾ ਇਟਸ ਵੈਰੀ ਨੈਚੁਰਲ ਸੇ ਲੈਸ ਇਨ ਪਬਲਿਕ ਇਜ਼ ਵਾਟ ਆਈ ਊਡ ਬਿਲੀਵ ਬਟ ਉਹ ਹੁੰਦਾ ਨਹੀਂ ਆਈ ਥਿੰਕ ਫॉर ਪਬਲਿਕ ਫਿਗਰ ਸੋ ਸਾਰਿਆਂ ਦਾ ਹੀ ਮੈਂ ਯੂ ਟਰਨ ਤਾਂ ਜੀ ਦੇਖਿਆ ਹੀ ਹੈ ਤਾਂ ਆਪਣੀ ਗੱਲ ਕਹਿ ਕੇ ਮੁੱਕਰ ਜੋ ਨਹੀਂ ਮੁੱਕਰ ਨਹੀਂ ਜੋ ਆਈ ਥਿੰਕ ਮੇਬੀ ਯੂ ਟਾਕਿੰਗ ਇਨ ਅ ਡਿਫਰੈਂਟ ਸੈਂਸ ਆਈ ਐਮ ਟ੍ਰਾਈ ਟੂ ਸੇ ਇਫ ਦੇਰ ਇਜ਼ ਅਨ ਅਜੈਂਡਾ ਲਾਈਕ ਸਮਬਡੀ ਸੈਡ ਜੀ ਅਸੀਂ ਫੋਰ ਐਗਜ਼ਾਮਪਲ ਵੀ ਬਲੀਵ ਇਨ ਔਮਨਸ ਰਾਈਟ ਹਨਾ ਜੀ ਐਂਡ ਟੁਮਾਰੋ ਮੁੱਕਰ ਹੀ ਜਾਏ ਨਹੀਂ ਜੀ ਅਸਤਾ ਇੱਕ ਵੀ ਔਮਨ ਨੂੰ ਨਹੀਂ ਸੀਟ ਦਵਾਂਗੇ ਥੈਟ ਇਜ਼ ਸਮਥਿੰਗ ਵੈਰੀ ਰੋਂਗ ਇਫ ਯੂ ਇਫ ਯੋਰ ਆਈਡੀਓਲੋਜੀ ਇਜ਼ ਸੋ so offset then it is wrong otherwise the u turns like if you're growing with time you think ji ajj meri ede na bilkul nahi banugi but kal ban vi jandi mm hai -hmm. ji jithe human minds hain people interact again and again and this is psychology mm -hmm. at its at its simplest form i would say main example dena chahungi ਜੇ ਮੈਂ ਸੁਖਪਾਲ ਸਿੰਘ ਵੇਰਾ ਪਹਿਲਾਂ ਆਮ ਆਦਮੀ ਪਾਰਟੀ ਚ ਸੀਗੇ ਫਿਰ ਕਾਂਗਰਸ ਚ ਆ ਗਏ ਜਦੋਂ ਆਮ ਆਦਮੀ ਪਾਰਟੀ ਚ ਸੀ ਕਾਂਗਰਸ ਬਾਰੇ ਬੜੀਆਂ ਗੱਲਾਂ ਕਹੀ ਗਈਆਂ ਕਿ ਗਾਲਾਂ ਤੱਕ ਗੱਲਾਂ ਪਹੁੰਚ ਗਈਆਂ ਸੀਗੇ ਹਨਾ ਬਾਅਦ ਚ ਉਸੇ ਕਾਂਗਰਸ ਚ ਆ ਕੇ ਫਿਰ ਕਾਂਗਰਸ ਨੂੰ ਚੰਗਾ ਕਹਿਣਾ ਇਹ ਇਹ ਐਸਾਬ ਨੂੰ ਇਹਨੂੰ ਮੈਂ ਯੂ ਟਰਨ ਕਹਿ ਰਹੀ ਹਾਂ ਹਾਂਜੀ ਨਹੀਂ ਮੈਂ ਅੰਡਰਸਟੈਂਡ ਕਰ ਗਈ ਸੀ ਜੀ ਬਟ ਦ ਥਿੰਗ ਇਜ਼ ਜੀ ਆਮ ਆਦਮੀ ਪਾਰਟੀ ਨਾਲ ਜੋ ਵੀ ਉਹਨਾਂ ਦੇ ਅਜੰਡਾ ਸੀਗੇ ਸੀਮਡ ਵੈਰੀ ਵੰਡਰਫੁਲ ਇਨ ਦ ਬਿਗਨਿੰਗ ਜਦੋਂ ਆਏ ਵੀ ਜੋ ਉਹਨਾਂ ਦਾ ਓਵਰਆਲ ਇੰਡੀਆ ਟੇਕਓਵਰ ਲੱਗ ਰਿਹਾ ਸੀ ਕਿ ਬਹੁਤ ਅੱਛਾ ਕਰ ਪਾਣ ਪੰਜਾਬ ਟੀਵੀ ਐਸਸੀ ਲਾਸਟ ਟਾਈਮ ਤਾਂ ਇਹਨਾਂ ਦੀ ਉਹ ਵੀ ਬਹੁਤ ਸੀ ਫਾਇਰ ਕੀ ਜਿੱਤਣਗੇ ਜਿੱਤਣਗੇ ਬਟ ਆਈ ਥਿੰਕ ਜੋ ਹੋਇਆ ਸੀਗਾ ਇਹਨਾਂ ਨੇ ਜਦ ਪਾਪਾ ਨੂੰ ਲੀਡਰ ਆਫ ਆਪੋਜੀਸ਼ਨ ਲਾਉਣ ਤੋਂ ਬਾਅਦ ਬੜੀ ਅਨ ਕਨਸਟੀਟਿਊਸ਼ਨਲੀ ਰਿਮੂਵ ਕੀਤਾ ਮੇਰਾ ਤਾਂ ਤਦੋਂ ਜੀ ਰੋਕਾ ਹੀ ਹੋਇਆ ਸੀ ਸੋ ਆਈ ਗਾਟ ਟੂ ਨੋ ਦੈਟ ਟਾਈਮ ਕਿ ਇਹਨਾਂ ਨੂੰ ਓਵਰ ਟਵੀਟ ਹੀ ਰਿਮੂਵ ਕੀਤਾ ਦ ਫੈਮਿਲੀ ਡਿਡਨਟ ਨੋ ਮੈਨੂੰ ਤਾਂ ਇੱਕ ਕਾਲ ਆਈ ਕਿ ਵੀ ਬੀਨ ਰਿਮੂਵਡ ਐਂਡ ਵੀਵ ਗਾਟ ਟੂ ਨੋ ਵਾਇਆ ਟਵਿੱਟਰ i think that's hilarious for a national party jo coming up to be doing that and oh to bad obviously jadon dad ne leave karan di koshish kiti and naal ohna de sare mlas aaye i think it strengthened his stance and jadon ji ohna ne ladke vi dekh liya kalle oda vi fayda nahi ji party ta tonu chahidi hundi hai jinna meri understanding hai kyunki tusi jinne vi oh log ek vote share hi call nahi pande insaan nu you need people around you you need established roots in politics to be going and i think jado congress chahe he started with the new leaf and the party also accepted him with the new leaf even the party new ki ohna ne kinna gand bole hona bare but they know ji ek understanding hundi i think ek time te tusi bol dinde ho but after that that's the understanding ji ma to i'm still too new to garner it but han ji tusi ਤੁਸੀਂ ਕਿਹਾ ਕਿ ਬੜੀ ਕਲੀਨ ਪੋਲਿਟਿਕਸ ਕੀਤੀ ਹੈ ਅੱਜ ਤੱਕ ਤੇ ਆਟ ਦ ਸੇਮ ਟਾਈਮ ਤੁਸੀਂ ਕਿਹਾ ਕਿ ਹੁਣ ਕਾਫੀ ਚੀਜ਼ਾਂ ਸਿੱਖ ਗਿਆ ਤੇ ਆਉਣ ਵਾਲੇ ਟਾਈਮ 'ਚ ਬਦਲਣਗੇ ਬਦਲਣਗੇ ਕਲੀਨ ਪੋਲਿਟਿਕਸ ਕੀਤੀ ਹੈ ਤਾਂ ਕਿਹੜੇ ਹਿਸਾਬ ਨਾਲ ਬਦਲਣਗੇ ਬਦਲਣਗੇ ਜੀ ਆਜਿੰ ਜਿਵੇਂ ਆਈ ਹੋਪਫੁਲੀ ਜਿਵੇਂ ਡਾਇਡ ਇਸ ਜੇ ਤੁਸੀਂ ਨੋਟਿਸ ਕੀਤਾ ਹੋਗਾ ਲिटल ਮੋਰ ਕਾਮਾ ਪਹਿਲਾਂ ਹੀ ਵਾਸ ਮੋਰ ਅਗਰੈਸਿਵ ਇਨ ਹਿਸ ਅਪਰੋਚ ਆਫ ਥਿੰਗਸ ਉਹ ਕਹ ਰਿਹਾ ਸੀ ਕਿ ਜੇਲ ਚ ਰਹਿ ਕੇ ਮੈਨੂੰ ਮੈਂ ਕਾਈਂਡ ਆਫ ਮੈਡੀਟੇਸ਼ਨ ਕੀਤੀ ਮੈਂ ਆਪਣੇ ਆਪ ਨੂੰ ਬਹੁਤ ਸਮਝ ਗਿਆ ਪਹਿਲਾਂ ਬਹੁਤ ਐਰੋਗੈਂਸ ਸੀਗਾ ਜਾਂ ਮੈਂ ਆਊਟਸਪੋਕਨ ਸੀ ਹੁਣ ਕਾਈਂਡ ਆਫ ਪਹਿਲਾਂ ਮੈਂ ਸੋਚਦਾ ਜਾਂ ਜਿਵੇਂ ਤੁਸੀਂ ਕਿਹਾ ਕਾਮਰ ਹੋ ਗਿਆ ਥੈਟ ਇਜ਼ ði ਚੇਂਜ ਥੈਟ ਆਵ ਨੋਟਿਸਡ ਇਨ ਹਿਮ ਐਜ਼ ਅ ਫੈਮਿਲੀ ਮੈਂਬਰ ਐਂਡ ਆਈ ਥਿੰਕ ਕੋ ਲੋਗਾਨੋਨਾਂ ਦੇ ਵੇ ਆਫ ਡੀਲਿੰਗ ਵਿਦ ਅਦਰ ਸਟਰੀ ਦਿਖੂਗੀ ਪਹਿਲਾਂ ਇੱਕ ਬਿਲਕੁਲ ਹੀ ਜਿਵੇਂ ਡਾਟ ਫਾਇਰ ਸੀ ਯੰਗ ਏਜ ਤੋਂ ਅੰਦਰ ਰੀਜ਼ਨ ਉਹ ਐਂਟਰ ਕੀਤਾ ਪੋਲਿਟਿਕਸ ਨਹੀਂ ਕਿ ਉਹਨਾਂ ਦੇ ਫਾਦਰ ਨੂੰ ਟਿਕਟ ਨਹੀਂ ਅਗੇਨ ਡੈਮੋਕਰੇਟਿਕਲੀ ਲਾਤਾ ਸੀ ਅਨਡੈਮੋਕਰੇਟਿਕਲੀ ਸੋ I think when he's calmer he's understood things and it should reflect a different sense ਜੀ ਐਲ ਨੇ ਬਦਲਤਾ ਉਹਨਾਂ ਨੂੰ ਆ I think ਜੀ ਬਿਲਕੁਲ ਬਦਲਦਾ ਹੀ ਹੈ ਹਰ ਇੱਕ ਇਨਸਾਨ ਨੂੰ ਇਹ ਟਾਈਮ ਤੁਸੀਂ ਫੈਮਿਲੀ ਨਾਲ ਨਹੀਂ ਮਿਲ ਸਕਦੇ ਕਿੰਨੇ ਅੱਛੇ ਤੁਸੀਂ ਜੇ ਰਹਿ ਵੀ ਰਹੇ ਹੋ ਯੂ ਆ ਲਿਵਿੰਗ ਇਨ ਅ ਬੇਸਿਕ ਇਟ ਡਸ ਜੀ ਚੇਂਜ ਯੂ ਬਿਲਕੁਲ I would say does ਜਦੋਂ ਉਹਨਾਂ ਦਾ ਪਤਾ ਲੱਗਿਆ ਤੁਹਾਨੂੰ ਕਿ ਹਾਂ ਦੀ ਉਹਨੂੰ ਜੇਲ੍ਹ ਜਾਣਾ ਪੈਣਾ ਜਾਂ ਇੱਕਦਮ ਈਡੀ ਦੀ ਰੇਡ ਪੈਂਦੀ ਹੈ ਤੁਹਾਡਾ ਕੀ ਰਿਐਕਸ਼ਨ ਸੀਗਾ ਯਾt was very anxious very nervous ਉਹ ਬੁਰਾ ਲ ਹੋਇਆ ਸੀ ਸਾਡੇ ਸਾਰਿਆਂ ਦਾ ਹੀ ਬਿਕੋਜ਼ ਮੈਂ ਤਾਂ ਮਮਾ ਸਾਰੇ ਡੈਡ ਨੂੰ ਦੇਖਣ ਗਏ ਸੀ ਕਿ ਵਾਟਸ ਐਪਨਿੰਗ ਹਾਊ ਟੂ ਯੂ ਨੋ ਨਾਲ ਜਾ ਕੇ ਐਂਡ ਆਈ ਵਾਸ ਦ ਓਨਲੀ ਵਨ ਐਟ ਹੋਮ ਆਈ ਥਿੰਕ ਇਟ ਵਾਸ ਅ ਵੈਰੀ ਟ੍ਰਬਲਸਮ ਟਾਈਮ ਕਿਸੇ ਤੇ ਨਾ ਆਏ ਜੀ ਜੇ ਕਿਉਂਕਿ ਤੁਹਾਡੀ ਫੈਮਿਲੀ ਜੇ ਕਿਸੇ ਨੇ ਗਲਤ ਨਹੀਂ ਨਾ ਕੀਤਾ ਹੁੰਦਾ ਜੀ ਸ਼ੌਕ ਹੀ ਹੁੰਦਾ ਜੇ ਤੁਸੀਂ ਕੀਤਾ ਹੋਗਾ ਲਿਟਲ ਯੂਲ ਬੀ ਪ੍ਰਿਪੇਅਰਡ ਯੂਲ ਹੈਵ ਹਨਾ ਮੇਬੀ ਤੁਸੀਂ ਆਪਣੇ ਲਾਇਰਸ ਐਂਡ ਆਲ ਨਾ ਬਟ ਵੀ ਤੋਂ ਹੈਡ ਨੋ ਕਲੂ ਕੀ ਅੱਦਾਂ ਦਾ ਕੁਝ ਹੋ ਸਕਦਾ ਬਿਕੋਜ਼ ਏਵਰੀ ਅਥਰੋਅਟ ਦ ਵੇ ਈਡੀ ਦੇ ਪ੍ਰੋਸੈਸਟ ਡੈਡ ਨੇ ਸਾਰੇ ਡਾਕੂਮੈਂਟਸ ਦਿੱਤੇ 12 ਦੇ 12 ਟਾਈਮ ਉੱਥੇ ਪਹੁੰਚੇ ਤਾਂ ਜੋ ਅਲਿਗੇਸ਼ਨ ਸੀ ਜੀ ਕੰਪਲੀਟਲੀ ਬੇਸਲੈਸ ਐਂਡ ਅਨਟਰੂ ਸੀਗੀਆਂ ਸਾਨੂੰ ਤਾਂ ਕਰਕੇ ਵੀ ਜ਼ਿਆਦਾ ਸ਼ੌਕ ਲੱਗਿਆ ਸੀ ਤੇ ਉਹ ਵੀ ਨਵੰਬਰ ਚ ਅਰੈਸਟ ਕਰਨਾ ਦ ਇਲੈਕਸ਼ਨਜ਼ ਅਰ ਸਿਰਤੇ ਸੀ ਬਿਲਕੁਲ ਤਾਂ ਬਹੁਤ ਹੀ ਸਕੈਰੀ ਸੀ ਜੀ ਉਸ ਦਿਨ ਦਾ ਸਭ ਕੁਝ ਲੱਗਦਾ ਲੋਕਾਂ ਤੇ ਉਹਨਾਂ ਦੇ ਜੇਲ੍ਹ ਜਾਣ ਨਾਲ ਕੋਈ ਫਰਕ ਪਿਆ ਹੋਣਾ ਜੀ ਲੋਕਾਂ ਤੇ ਜੋ ਪਤਾ ਨਹੀਂ ਉਹਨਜੀ ਸਾਰਿਆਂ ਦਾ ਜੋ ਸਾਡੀ ਕੰਸਟੀਟੂਐਂਸੀ ਚ ਫਰਕ ਦੇਖਿਆ ਸੀ ਬੜਾ ਪਿਆਰ ਬੜਾ ਉਹਨਾਂ ਨੂੰ ਸਾਰਿਆਂ ਨੂੰ ਸਿੰਪਾਥੈਟਿਕ ਸੀ ਜੀ ਤੇ ਉਹਨਾਂ ਨੂੰ ਸੀਗਾ ਸਾਡਾ ਲੀਡਰ ਵਾਪਸ ਆਜੇ ਇਹਨੇ ਚੰਗਾ ਐਂਡ ਇੱਕ ਹੋਰ ਅਪਰੀਸ਼ੀਏਸ਼ਨ ਸੀ ਕਿ ਇਹਨਾਂ ਦੇ ਬੋਲਣ ਕਰਕੇ ਗਏ ਆ ਤਾਂ ਲੋਕਾਂ ਨੂੰ ਆਈ ਥਿੰਕ ਜ਼ਿਆਦਾ ਉਹ ਸ਼ਾਈਨ ਥਰੂ ਹੋਇਆ ਕਿ ਕੋਈ ਬੋਲਦਾ ਤਾਂ ਹੀ ਭਈ ਕੀ ਕੁਝ ਹੋ ਰਿਹਾ ਬੀਜੇਪੀ ਕੀ ਕੁਝ ਕਰ ਸਕਦੇ ਆ ਕੀ ਕੁਝ ਕੈਪੇਬਲ ਆ ਕਰਨ ਨੂੰ ਤਾਂ ਆਈ ਥਿੰਕ ਇੱਕ ਸਮਝ ਜ਼ਿਆਦਾ ਇਹ ਲੋਕਾਂ ਨੂੰ ਕਿ ਡੈਡ ਜੋ ਕਰ ਰਹੇ ਆ ਉਹਨਾਂ ਨੂੰ ਦਿਖਣਾ ਜ਼ਿਆਦਾ ਸ਼ੁਰੂ ਹੋਇਆ ਫਿਰ ਅਮ ਬੀਬੀਐਮਬੀ ਦੇ ਮੁੱਦੇ ਤੇ ਅਮ ਸੁਖਪਾਲ ਸਿੰਘ ਖੇਰਾ ਤੁਹਾਡੇ ਸਾਰਾ ਸਬੋਰਡ ਟਾਈਮ ਤੋਂ ਰੌਲਾ ਪਾਉਂਦੇ ਆਏ ਬੜੇ ਟਾਈਮ ਤੋਂ ਬੋਲਦੇ ਆਏ ਆ ਪਾਕੜਾ ਬਿਆਸ ਹਾਂਜੀ ਬੋਰਡ ਮੈਨੇਜਮੈਂਟ ਤਾਂ ਅਮ ਬੜੇ ਟਾਈਮ ਤੋਂ ਗੱਲ ਕਰਦੇ ਆਏ ਤੁਸੀਂ ਉਹਦੇ ਬਾਰੇ ਕੀ ਸਮਝਦੇ ਹੋ ਜੀ ਆਈ ਥਿੰਕ ਜੋ ਕਰ ਰਹੇ ਆ ਸਪੋਰਟ ਦਟ ਜੀ ਮੈਨੂੰ ਇਨੀ ਨੋਲੇਜ ਤਾਂ ਹੈ ਨਹੀਂ ਇਹਦੇ ਬਾਰੇ ਤੁਸੀਂ ਜਿਵੇਂ ਕਿ ਨੋਲੇਜ ਹੈ ਨਹੀਂ ਜਿਆਦਾ ਗਿਆਨ ਉਹ ਲੋਕਾਂ ਨੂੰ ਹੀ ਦਿੰਦੇ ਆ ਘਰਦਿਆਂ ਨੂੰ ਨਹੀਂ ਦਿੰਦੇ। ਜੀ ਨਹੀਂ ਦਿੰਦੇ ਆ ਘਰਦਿਆਂ ਨੂੰ ਨੈਚਰਲੀ ਬਟ ਜੀ ਇੱਕ ਖੁਦ ਦਾ ਵੀ ਇੰਟਰਸਟ ਹੋਣਾ ਚਾਹੀਦਾ ਆ ਮੋਰ ਇਨ ਟੂ ਰੀਡਿੰਗ ਆਈ ਟ੍ਰਾਈ ਟੂ ਸਟੇ ਅਵੇ ਨਾਟ ਦਟ ਉਹ ਤਾਂ ਮੈਂ ਤੁਹਾਨੂੰ ਜਿਵੇਂ ਦੁਆਰਾ ਦੱਸਿਆ ਮੈਂ ਬਿਗਨਿੰਗ ਆਫ ਦ ਇੰਟਰਵਿਊ ਚ ਵੀ ਕਿ ਇਟਸ ਦ 2 ਮੰਥਸ ਦੈਟ ਚੇਂਜਡ ਮੀ। ਉਹ ਤੋਂ ਪਹਿਲਾਂ ਜੀ ਮੈਂ ਹਸਬੈਂਡ ਵਾਸ ਅ ਲਾਇਰ ਹਿਅਰ ਸਾਡੀ ਲਾਈਫ ਬਹੁਤ ਇੱਥੇ ਸੀ ਅਰਾਊਂਡ to be very honest as a reader i read i enjoy my me time i try to stay away from the outside world ta mere liye ta ji ye cheez a would be like listening to it where i'm needed mainu puchde si ta i would say otherwise i don't think so i would pay so much han ji is it a good change or a bad change what change user it has changed you you uh, are going with the flow i don't know its good or bad time will tell me because some things are not in my control ji jithe life leke ja rahi hai asin nahi soche si inni cheeti vi kadeya na sanu agge aana pauga maybe so I, i don't know good or bad log dasne time dasuga ji je in case let's see kidda hon da agge kin lagda hai is bari seat da ki lag reha ਜੀਆ ਸੀਟ ਦਾ ਅ ਅੱਛਾ ਲੱਗ ਰਿਹਾ ਜੀ ਬਟ ਟੀਲ ਰਿਜ਼ਲਟਸ ਨਹੀਂ ਆਂਦੇ ਤੁਸੀਂ ਕੁਝ ਕਹਿ ਵੀ ਨਹੀਂ ਸਕਦੇ ਹੁੰਦੇ ਜਿੰਨਾ ਮੈਨਾਂ ਸਾਰਿਆਂ ਤੋਂ ਸੁਣਿਆ ਇੱਕ ਤੁਹਾਨੂੰ ਪਤਾ ਚੱਲ ਜਾਂਦਾ ਬਟ ਯੂ ਕਾਂਟ ਫੁਲੀ ਗੇਜ ਆਲਸੋ ਕਿੱਦਾਂ ਹੋਗਾ ਟੀਲ ਦ 10th ਹੁੰ ਜੀ ਦੇਖਦੇ ਆਂ ਜਦੋਂ ਲੋਕਾਂ ਜਾਂਦੇ ਸੀ ਲੋਕ ਕੁਝ ਤਾਂ ਕਹਿੰਦੇ ਹੋਣੇ ਲੋਕ ਕਿਦਾਂ ਦੀਆਂ ਗੱਲਾਂ ਕਰਦੇ ਸੀਗੇ ਜੀ ਸਾਨੂੰ ਤਾਂ ਬਿਲਕੁਲ ਹੀ ਬੈਕਲਸ਼ ਨਹੀਂ ਮਿਲੀ ਟੱਚਡ ਐਂਡ ਬਹੁਤ ਹੀ ਪਿਆਰ ਵਾਲੀ ਗੱਲ ਕਿਉਂਕਿ ਜੀ ਸਾਰਿਆਂ ਦੇ ਇੱਕ ਨਾ ਕੰਮ ਹੋਏ ਆ ਜੇ ਪਾਪਾ ਇਨ ਕੇਸ ਰੂਲਿੰਗ ਪਾਰਟੀ ਚੁੰਨੇ ਆਮ ਸ਼ੋਰ ਕਿੰਨਾ ਵਿਕਾਸ ਹੋ ਸਕਦਾ ਸੀ ਉਹ ਤਾਂ ਦੇਖ ਕੇ ਮਜ਼ਾ ਹੀ ਆਣਾ ਸੀ ਸਾਨੂੰ ਬਟ ਇਨ ਦਾ ਲਾਸਟ 6 ਮੰਥਸ ਹੀ ਉਹਨਾਂ ਨੇ ਕਾਫੀ ਫੰਡਸ ਥਰੋਅਆਊਟ ਦੇਤੇ ਸੀਗੇ ਸਾਰੇ ਜਿਨ੍ਹਾਂ ਨੇ ਕਾਫੀ ਸਰਪੰਚ ਸਾਡੇ ਨਾਲ ਸੀਗੇ ਉਹਨਾਂ ਨੇ ਆਪਣੇ ਆਪਣੇ ਦਿਨੋਂ ਲਾਤੇ ਸੀਗੇ ਫੰਡਸ ਤੇ ਉਹਨਾਂ ਦਾ ਗਰਾਊਂਡ ਲੈਵਲ ਤੇ ਦਿਖਣਾ ਵੀ ਸ਼ੁਰੂ ਹੋ ਗਿਆ ਸੀ ਸੜਕਾਂ ਚੈਨਾਲੀਆਂਾਂ ਚਾਹ ਸਕੂਲਸ ਬਣ ਰਹੇ ਸੀਗੇ ਚਾਹ ਜਿਮਸ ਦੀ ਫੈਸਿਲਿਟੀ ਸੀ ਸੋ I think ਲੋਗ ਵੀ ਖੁਸ਼ ਸੀਗੇ ਜੀ ਉਸ ਸੇ ਚ ਆਨ ਇਹਨਾਂ ਦੇ ਲੀਡਰ ਜਿਵੇਂ ਡਾਡ ਉੱਥੇ ਹੁੰਦੇ ਵੀ ਆ ਬਹੁਤ ਲੋਗ ਯੂਜੂਲੀ ਲੋਕਾਂ ਨੂੰ ਨੰਦਾ ਨਾ ਆ ਕੇ ਮਿਲਦੇ ਹੀ ਨਹੀਂ ਐ ਪਰ ਉਹ ਮਿਲ ਵੀ ਰਹੀ ਸੀ ਸੋ ਉਸ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਸੀ ਜੀ ਮੈਂ ਇੱਕ ਆਖਰੀ ਗੱਲ ਥੋੜੇ ਤੋਂ ਪੁੱਛਣਾ ਚਾਹਨੀ ਆ ਲੜਕੀਆਂ ਲਈ ਔਰਮਨ ਲਈ ਕੀ ਚੀਜ਼ਾਂ ਹੋਣੀਆਂ ਜ਼ਰੂਰੀ ਆ ਜੋ ਅਜ ਤੱਕ ਹੋਈਆਂ ਨਹੀਂ ਪ੍ਰੋਮਿਸਸ ਸਾਰਿਆਂ ਨੇ ਕੀਤੇ ਬੜੀਆਂ ਚੀਜ਼ਾਂ ਹੁੰਦੀਆਂ ਆਈਆਂ ਹਨਾ ਕਿ ਗੱਲਾਂ ਕਰਤੀਆਂ ਪਰ ਅਸਲ ਵਿੱਚ ਉਹ ਚੀਜ਼ਾਂ ਦੇਖਨ ਨੂੰ ਨਹੀਂ ਮਿਲਦੀਆਂ ਤੁਹਾਨੂੰ ਕੀ ਲੱਗਦਾ ਜਿਹੜੀ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਬਹੁਤ ਜ਼ਿਆਦਾ ਜ਼ਰੂਰੀ ਤਾਂ ਰੈਪਰੈਜੈਂਟੇਸ਼ਨ ਆ ਔਮਨ ਇਨ ਪੋਲਿਟਿਕਸ ਕਿਉਂਕਿ ਫਿਰ ਹੋਈ ਅੱਗੇ ਜਦ ਤੁਸੀਂ ਇਹ ਜੀ ਲੇਡੀਜ਼ ਨੂੰ ਲੈ ਕੇ ਆਉਂਗੇ ਜੀ ਉਹ ਹੀ ਅੱਗੇ ਬਦਲਾਵ ਲੈ ਕੇ ਆ ਸਕਦੇ ਮੈਨੂੰ ਤਾਂ ਲੱਗਦਾ ਹੈ ਨੰਬਰ ਵਧਣਾ ਚਾਹੀਦਾ ਜਿਵੇਂ ਸਰਵੇ 93 ਟੋਟਲ ਨੰਬਰ ਆਊਟ ਆਫ 1300 ਸਮਥਿੰਗ ਕੈਂਡੀਡੇਟਸ ਆਪਣੇ ਪੰਜਾਬ ਚ ਕੰਟੈਸਟਿੰਗ ਜਦ ਤੱਕ ਉਹ ਨੰਬਰ ਹੀ ਨਹੀਂ ਵਧੂਗਾ ਜੀ ਹਾਊ ਵਿਲ ਵੀ ਕੀਪ ਆ ਡਿਮਾਂਡਸ ਬੰਦੇ ਆਪਣੇ ਲਈ ਡਿਮਾਂਡ ਨਹੀਂ ਰੱਖ ਸਕਦੇ ਲੇਡੀਜ਼ ਨੂੰ ਇਹ ਤਾਂ ਜਗਜਾਨ ਹੈ ਲੇਡੀਜ਼ ਯਾ ਆਪੇ ਜਾ ਕੇ ਦੱਸਣੀਆਂ ਨੇ ਜੀ ਇੱਥੇ ਰੈਜ਼ਰਵੇਸ਼ਨ ਹੈ ਇੱਥੇ ਅਸੀਂ ਕੰਫਰਟੇਬਲ ਨਹੀਂ ਹੈ ਇੱਥੇ ਜ਼ਿਆਦਾ ਲੈ ਕੇ ਆਓ ਕੁੜੀਆਂ ਇੱਥੇ ਨਹੀਂ ਪੜ ਪਾ ਰਹੀਆਂ ਇੱਥੇ ਜ਼ਿਆਦਾ ਤਾਈ ਹੋਊਗਾ ਜੀ ਜੇ ਲੇਡੀਜ਼ ਐਂਡ ਪਾਵਰ ਆਣਗੀਆਂ ਬਿਲਕੁਲ ਤੁਹਾਨੂੰ ਹਲੇ ਵੀ ਲੱਗਦਾ ਕਿ ਮੇਲ ਡੋਮੀਨੇਟਿੰਗ ਸੁਸਾਇਟੀ ਹੈ ਟੇਕ ਲੇਡੀ ਰਿਪਰੈਜ਼ੈਂਟ ਕਰ ਸਕਦੀ ਹੈ ਲੇਡੀਜ਼ ਨੂੰ ਜੀ ਬਿਲਕੁਲ ਆਈ ਥਿੰਕ ਦ ਨੰਬਰ ਸੇਟ ਮੈਨੂੰ ਕਹਿੰਦੀ ਲੋੜ ਰਹੀ ਨਹੀਂ ਜਿਵੇਂ ਮੈਂ ਕਿਹਾ 1300 ਟੂ 900 ਦਾ ਰੇਸ਼ਿਓ ਇਹ ਬਿਲਕੁਲ ਜਦ ਤੱਕ ਹੋਊਗਾ ਹੀ ਨਹੀਂ ਆਪਾਂ ਆਪਾਂ ਨੂੰ ਪਤਾ ਹੀ ਹੈ ਕੁਆਲਿਟੀ ਨਹੀਂ ਹੈ ਤਾਂ ਇਹ ਗੱਲਾਂ ਹੁੰਦੀਆਂ ਜੇ ਹੋਏ ਕੋਈ ਬੋਲੇ ਹੀ ਨਾ ਜੀ ਸੋ ਆਈ ਥਿੰਕ ਬਿਲਕੁਲ ਲੇਡੀਜ਼ ਦੀ ਮੋਰ ਇਨ ਪਾਵਰ ਆਨ ਦੀ ਲੋੜ ਹੈ ਤਾਂ ਕਿ ਲੇਡੀਜ਼ ਦੇ ਹੱਕ ਦੇ ਕੰਮ ਵੀ ਹੋ ਸਕਣ ਤੁਸੀਂ ਆਉਂਗੇ ਮੇਰਾ ਤਾਂ ਜੇ ਜੇ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ ਬਟ ਆਈ ਹੋਪ ਸੋ ਜਿਸੀ ਆਪਣੇ ਲੈਵਲ ਤੇ ਕੋਈ ਵੀ ਚੇਂਜ ਆਪਣੀ ਕੰਸਟੀਟੂਐਂਸੀ ਤੋਂ ਸਟਾਰਟ ਕਰਾਂਗੇ ਐਂਡ ਵੀ ਹੋਪ ਸੋ ਬਾਕੀ ਵੀ देन ਫਾਲੋ ਥਰੂ ਕਰ ਲੈਣ ਇਫ ਨਾਟ ਮੀ ਬਟ ਸਮ ਵੇਸ ਆਪਾਂ ਸਾਰਿਆਂ ਨੂੰ ਜਿਨ੍ਹਾਂ ਕੋਲ ਕੋਈ ਨਾ ਕੋਈ ਪ੍ਰਿਵੀਲੇਜ ਹੈ ਆਪਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਉਸ ਪੋਜੀਸ਼ਨ ਦਾ ਐਂਡ ਯੂਜ਼ ਇਟ ਆਪਣੇ ਆਪਣੇ ਰਸਤੇਾਂ 'ਚ ਥੈਂਕ ਯੂ ਥੈਂਕ ਯੂ ਏਸੀ ਸਾਡੇ ਨਾਲ ਬ੍ਰੀਥ ਰੰਦਾਵਾ ਖੈਰਾ ਇਹਨਾਂ ਨੇ ਬੜੀਆਂ ਸੋਹਣੀਆਂ ਸਾਡੇ ਨਾਲ ਗੱਲਾਂ ਕੀਤੀਆਂ ਜਿੰਨੇ ਵੀ ਅਸੀਂ ਇਹਨਾਂ ਤੋਂ ਸਵਾਲ ਪੁੱਛੇ ਬੜੇ ਸੋਹਣੇ ਬੇਬਾਕੋ ਕਹਿੰਨੇ ਆ ਇਹਨਾਂ ਨੇ ਜਵਾਬ ਦਿੱਤੇ ਫਿਰ ਮਿਲਦਿਆਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਸੀਰਤ ਸੰਦੂ ਸਤਿ ਸ਼੍ਰੀ ਅਕਾਲ